آداب ناظرین خصوصی گفتگو پروگرام ما تھارو خیر مقدم ہے ہوںا تھارو میزبان محمد امین ناظرین جس طریقے نال خصوصی گفتگو ما عموما ہم کئی لوکاں نال گل بات کراں لیکن اس وقت جڑا سب تو بڑو ایک اہم مسئلو عوام واسطے بڑیو ما کیونکہ محکمہ سوشل ویلفیئر کی طرفو جس طریقے نال حکم نامہ جاری کیو گیا تھو کہ جڑا لوگ وی تو پینشن لے لگا وا انہاں نال اپنا کاغذات کی جڑی ویریفیکیشن کروانی لازمی ہے اور اس تو بعد ਅਸੀਂ ਦੇਖਾਂ ਕਿ ਕਈ ਜਿਹੜਾ ਉਮਰ ਰਸੀਦਾ ਅਫਰਾਦ ਦੇ ਵੇ ਹਸਪਤਾਲ ਕੋ ਰੁੱਕ ਕਰ ਗਏ ਜਿਹੜੀ ਆਪਣੀ ਸਰਟੀਫਿਕੇਟ ਬਣਵਾਵੇ ਔਰ ਜਿਹੜਾ ਮਾਜ਼ੂਰ ਤਬਕਾ ਨਾਲ ਤਾਲੁਕ ਰੱਖਣ ਵਾਲਾ ਅਫਰਾਦ ਹੈ ਉਹਨਾਂ ਵਾਸਤੇ ਹਸਪਤਾਲ ਦੀ ਤਰਫੋਂ ਜੋ ਮੈਡੀਕਲ ਬੋਰਡ ਲਾਇਆ ਗਿਆ ਔਰ ਉਹ ਅਮਲੋ ਵੀ ਜਿਹੜਾ ਰਾਤ ਦਿਨ ਮਿਹਨਤ ਕਰ ਰਹੇ ਔਰ ਮਿਹਨਤ ਕਰਕੇ ਉਹਨਾਂ ਹੀ ਹਮੇਸ਼ਾ ਇਹ ਹੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਉਹ ਅਫਰਾਦਾਂ ਨਾਲ ਉਹਨਾਂ ਦੀ ਜਿਹੜੀ ਸਰਟੀਫਿਕੇਟ ਹੈ ਮੇਂ ਦਿੱਤੀ ਜਾਏ ਉਸੇ ਦੇ ਨਾਲ ਨਾਲ ਅਗਰ ਗੱਲ ਕੀਤੀ ਜਾਏ ਮਹਿਕਮਾ ਸੋਸ਼ਲ ਵੈਲਫੇਅਰ ਦੀ ਤੇ ਯੂ ਅਮਲੋ ਵੀ ਜਿਹੜਾ ਹੈ ਆਪਣੀ ਮਿਹਨਤ ਕਰਨ ਵਿੱਚ ਕੋਈ ਕਮੀ ਨਜ਼ਰ ਲਿਆ ਤੋਂ ਨਹੀਂ ਆ ਰਹੇ ਹੋ ਆਮਣਾ ਕਿਉਂਕਿ ਜਿਸ ਤਰੀਕਾ ਨਾਲ ਮਹਿਕਮਾ ਸੋਸ਼ਲ ਵੈਲਫੇਅਰ ਅਗਰ ਆਮ ਗੱਲ ਕਰਾਂ ਜੀ ਦਫ਼ਤਰਾਂ ਟਾਈਮ ਜਿਹੜਾ ਹੈ ਮੈਂ 10 ਤੋਂ 4 ਵੇ ਜਾਂ 8 ਤੋਂ 2 ਵੇ ਲੇਕਿਨ ਇਹਨਾਂ ਦਿਨਾਂ ਵਿੱਚ ਜਿਹੜਾ 10 ਤੋਂ 4 ਦਫ਼ਤਰ ਉਹ ਟਾਈਮ ਹੈ ਲੇਕਿਨ ਉਸ ਦੇ ਬਾਵਜੂਦ ਯੂ ਅਮਲੋ ਰਾਤ ਦਾ 10 ਵਜੇ ਤੋੜੀ ਬੈਠ ਕੇ ਕੰਮ ਕਰਤੋ ਰਹੇ ਤਾਂ ਇਸ ਵਕਤ ਵੀ ਮੇਰੇ ਨਾਲ ਦੇਖ ਸਕੇ ਕਿ ਇਸ ਵਕਤ ਮਾਰੇ ਨਾਲ ਮੌਜੂਦ ਹੈ ਤਹਿਸੀਲ ਸੋਸ਼ਲ ਵੈਲਫੇਅਰ ਆਫੀਸਰ ਮੰਡੀ ਆਜ਼ਮ ਰਾਥਾ ਸਾਹਿਬ हालाँकि करीब टाइम की गल करा तकरीबन छः बज गया तो चौथी मिनट इस वक्त हो चुका है लेकिन उसके बावजूद ये आवी खिदमत गुजारी में इस टाइम ही लगा हुआ है ताकि जल्द तो जल्द आवाम ने डेडलाइन तारीख दी थी गई है ਉਸਮਾ ਜਿਹੜਾ ਵੀ ਆਪਣਾ ਕਾਗਜ਼ਾਹੀ ਵੈਰੀਫਿਕੇਸ਼ਨ ਮੁਕੰਮਲ ਕਰਵਾ ਸਕੇ ਔਰ ਜਲਦੀ ਜਲਦੀ ਉਹਨਾਂ ਦਾ ਜਿਹੜਾ ਫਾਰਮ ਜਿਹੜਾ ਹੈ ਵੇ ਆਨਲਾਈਨ ਕੀਆ ਮੈਂ ਉਹਨਾਂ ਦਾ ਅਪਰੂਵਲ ਕੀ ਹੋ ਜਾ ਸਕੇ ਤੇ ਨਾਜ਼ਿਰ ਅੱਜ ਗੋਜਰੀ ਲੈਂਗੁਏਜ ਮੈਂ ਆਮਣਾ ਇਹੋ ਪ੍ਰੋਗਰਾਮ ਕਰਨਾ ਇਸ ਵਾਸਤੇ ਜ਼ਰੂਰੀ ਥੋ ਕਿਉਂਕਿ ਅਮੂਮਨ ਗਰਾਂਿਆਂ ਦਾ ਲੋਕ ਉਹਨਾਂ ਨੇ ਆਮਣਾ ਫੋਨ ਕਾਲ ਕਰ ਗਏ ਕਿਉਂਕਿ ਉਹਨਾਂ ਨਾ ਕਈ ਚੀਜ਼ ਹੈ ਜਿਹੜੀ ਵੇ ਸਮਝ ਨਹੀਂ ਆਤੀ। ਆਮਨੇ ਕੋਸ਼ਿਸ਼ ਕੀ ਹੈ ਅੱਜ ਕਿ ਆਮ ਆਦਰ ਰਾਤਾ ਸਾਹਿਬ ਨੇ ਗੋਜਰੀ ਜ਼ਬਾਨ ਦੇ ਜ਼ਰੀਏ ਜਿਹੜਾ ਵੇ ਮਾਰਾ ਪਸਮਾਂਦਾ ਲੋਕ ਜਿਹੜਾ ਪਸਮਾਂਦਾ ਇਲਾਕਾ ਮੈਂ ਰਹਿਣ ਵਾਲਾ ਹੈ ਗਰੀਬ ਗੁਰਬਾਹ ਆਵਾਮ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਹੈ ਤਾਂ ਪੂਰੀ ਤਫਸੀਲ ਜਿਹੜੀ ਹੈ ਅੱਜ ਇਨਾਈ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਆਜ਼ਲ ਸਾਹਿਬ ਸ਼ੁਕਰੀਆ ਥਾਰੋ ਬਹੁਤ-ਬਹੁਤ ਬਹੁਤ ਸ਼ੁਕਰੀਆ আমিন ਭਾਈ ਮਹਿਕਮਾ ਸੋਸ਼ਲ ਵਰਕ ਦੀ ਤਰਫੋਂ ਬਹੁਤ ਸਾਰੀ ਸਕੀਮ ਜਿਹੜੀ ਚਲਾਈ ਜਾ ਰਹੀ ਹੈ ਜਿਸ ਵਿੱਚ ਪੈਨਸ਼ਨ ਜਿਹੜੀ ਹੈ ਬਿਮਾਰੀ ਮੈਨ ਸਕੀਮ ਹੈ ਉਸਮਾਂ ਮੇਰੀ ਗਜ਼ਾਰਿਸ਼ ਹੈ ਥਾਰਾ ਇਸ ਚੈਨਲ ਮਾ ਚੰਦਰ ਗਾ ਮਾਦਮ ਨਾਲ ਲੋਕਾਂ ਨਾਲ ਮੇਰੀ ਅਰਜ਼ਾ ਕੇ ਬਹੁਤ ਸਾਰੇ ਲੋਕ ਜਨਾਈ ਆਪਣਾ ਫਾਰਮ ਜਿਹੜਾ ਇਸ ਵਕਤ ਤੱਕ ਵੀ ਉਹਨਾਂ ਨੇ ਬੜੀ ਲਾਪਰਵਾਹੀ ਵਰਤ ਰਹੇ ਹੋ ਕੇ ਆਪਣਾ ਫਾਰਮ ਜੜਾਈ ਬਲ ਆਪਣਾ ਆਨਲਾਈਨ ਹੀ ਕਰਵਾ ਰਹੇ ਉਸਮੇ ਬੜੀ ਦਿੱਕਤ ਆ ਰਹੀ ਕਿਉਂਕਿ ਹਮਾਰਾ ਆਮਨਾ ਵੀ ਇੱਕ ਜਿਹੜੀ ਹੈ ਡੈਡਲਾਈਨ ਦਿੱਤੀ ਗਈ ਹੈ 10 ਤਰੀਕ ਤੱਕ ਹਮਾਰੇ ਕੋਲ ਸਾਰਾ ਜਿੰਨਾ ਵੀ ਹਮਾਰਾ ਪੈਨਸ਼ਨ ਆਨਲਾਜ਼ ਆ ਤੇ ਉਹਨਾਂ ਦਾ ਸਾਰਾ ਪੈਨਸ਼ਨ ਦਾ ਫਾਰਮ ਆ ਜਾਏਗਾ ਉਰ ਫਿਰ ਹਮ ਅਗੇ ਉਹਨਾਂ ਫਾਰਮਾਂ ਦਾ ਜਿਹੜਾ ਫਾਰਵਰਡ ਕਰਾਂਗਾ ਉਹ ਫਿਰ ਜਾ ਕੇ ਉਹਨ ਕੀ ਸੈਂਕਸ਼ਨ ਜਿਹੜੀ ਹੈ ਉਹ ਡਾਇਰੈਕਟਰ ਲੈਵਲ ਪਰ ਬੈਗੀ ਲੇਕਿਨ ਬਦਕਿਸਮਤੀ ਕੀ ਬਾਤ ਹੈ ਕਿ ਜਿੰਨਾ ਵੀ ਲੋਕਾਂ ਨੇ ਫਾਰਮ ਭਰਿਆ ਉਹਨਾਂ ਮਾ ਕੋਈ ਨਾ ਕੋਈ ਲੋਕੋਂ ਉਸ ਫਾਰਮਾਂ ਦੇ ਅੰਦਰ ਹੈ ਔਰ ਫਾਰਮ ਫਿਰ ਵਿਚਾਰਾ ਉਹ ਜਿਹੜਾ ਅਫਰਾਦ ਦੀ ਜਿਹੜਾ ਪੈਨਸ਼ਨ ਲੈਣ ਵਾਲਾ ਉਹਨਾਂ ਨੇ ਫਿਰ ਵੀ ਵਾਪਸ ਜਾ ਰਹੇ ਔਰ ਬਦਕਿਸਮਤੀ ਦੀ ਗੱਲ ਇਹ ਆ ਕਿ ਵੇ ਆਪਣਾ ਉਸ ਕੰਪਿਊਟਰ ਸੈਂਟਰ ਵਿੱਚ ਜਿਸ ਵਿੱਚ ਉਹਨਾਂ ਨੇ ਫਾਰਮ ਭਰਵਾਇਆ ਵੀ ਵੇ ਸਾਰੇ ਦਾ ਸਾਰਾ ਜਿਹੜਾ ਉਹ ਆਪਣਾ ਉਸ ਫਾਰਮ ਨੂੰ ਚੈੱਕ ਨਹੀਂ ਕਰਦਾ ਜਾ ਗਿਆ ਜਿਸ ਤਰ੍ਹਾਂ ਮਾਰਾ ਕੋਲ ਇਸ ਵਕਤ 14 15 ਜਾਗੇ ਕਰੀ ਫਾਰਮ ਆਏ ਹੋਏ ਆਮਨੀ उसमें फिफ्टी तो फिफ्टी परसेंट तो ज्यादा फार्म अमनी वे वापस कर छड़िया और फिफ्ट परसेंट वापस करने को मारो मेन यो नहीं है कि हाँ बेनीफिशरी करा कुछ तमाम इसके खास चीज़ लाओ बैंक की जो कंजेंट फार्म है जिसके उन्होंने आधार सीडिंग है वह उन्होंने नहीं की भी उसकी वजह जी वम दिक्कत आ रही है और उसकी कमिंग की वजह नाम फार्म अगर फॉरवर्ड नहीं कर सकता कंजेंट फार्म न लाने की वजह न वो आधार सीटिंग वो पता नहीं चलते और क्योंकि पता है इस वक्त यह सारी पेन जी है वो आधार लिंक बैंक अकाउंट का ना बहगी पेन जी वह बाजार बहगी ਸਰਕਾਰ ਦੀ ਤਰਫੋਂ ਜਿੰਨੀ ਵੀ ਇਹ ਥੋੜੀ ਸਖਤੀ ਕੀਤੀ ਜਾ ਰਹੀ ਇਸਮਾ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਸ ਪਰੇਸ਼ਾਨੀਆਂ ਨੂੰ तो इस वक्त अपना थोड़ा जो लग रहा है कि इस वक्त यह परेशानी है लेकिन आइंदा आने वास्त सारे लोगों वास्ते ये सारो मसकल जो है ना बिल्कुल अमवार हो जाएगा और लोग जो है आसानी ना पेंशन ले सेंगे आधार लिंक बैंक अकाउंट के नाल लैगो और बहुत सारे लोगों को ये देखिए कि, कि उन्होंने दो दो तरह तरह अकाउंट बैंक में वो एकदों जितने भी खप खा बैंक के अंदर लोगों ने रखे वो भी खत्म हो जाएगा और पेंशन भी लोगों ने जी मंथली बेसिस पर जो है वागार की जाएगी और बाकी लोगों ने मेरी गुजारिश है कि जिस तरह हमने पहले भी तबना दसे हो तब पहले भी हमारी आवाज़ जी लोगों तक पहुंचाई खासकर माजूर जो लोग मेरी गुजारिश है कि, कि वे चाली परसेंट की डिसिबिलिटी सर्टिकेट पानी न लावी वे अपना यू डी आई डी कार्ड जो है वो उसके ना लगा ता ताकि यू डी आई डी कार्ड के अगर वे मेडिकल सर्टिफिकेट जी बनी हुआ है व नहीं भी लगाते तो कोई जरूरत नहीं है वे यू डी आई डी कार्ड लाए अपना उसके ऊपर उन्होंने डिसेबिलिटी जी उसको माजूर जो है उसके अंदर उन्होंने जो नुक है उसको पता चल जाएगा तो उसमें बाकी तो और कोई मसल थो नहीं क्योंकि बहुत सारे लोगों ने हमारी आवाज़ पहले भी सुनी और आम इन शाला दोबारा भी थारा चैनल गया इस वसादत ना लोगों का या गुजारिश करता रे लोगों क्योंकि ਬਹੁਤ ਸਾਰਾ ਜਿਹੜਾ ਤੁਸੀਂ ਨਿ ਫਰਮਾਇਆ ਕਿ ਬਹੁਤ ਸਾਰਾ ਲੋਕਾਂ ਨੇ ਇਸ ਚੀਜ਼ ਦੇ ਬਾਰੇ ਪਤਾ ਨਹੀਂ ਕਾਫੀ ਲੋਕ ਵਿਚਾਰਾਂ ਜਿਹੜਾ ਵੇ ਪਰੇਸ਼ਾਨ ਨੇ ਕਿਉਂਕਿ ਉਹ ਜਨ ਲੋਕਾਂ ਨਾਲ ਮਾਰੀ ਅਗਰ ਅੰਗਰੇਜ਼ੀ ਜਾਂ ਉਰਦੂ ਮਾਮਕੇ ਗੱਲ ਉਹਨਾਂ ਨੇ ਸੁਨਾਵਾ ਤਾਂ ਵਾ ਗੱਲ ਉਹਨਾਂ ਨੇ ਬਾਤ ਨਹੀਂ ਉਹਨਾਂ ਨੂੰ ਸਮਝ ਨਹੀਂ ਆਦੀ ਕਾਫੀ ਇਸ ਵਸੇ ਅੱਜ ਤੁਹਾਨੂੰ ਬੜਾ ਸ਼ੁਕਰੀਆ ਕਿ ਤੁਸੀਂ ਇਹ ਗੋਜਰੀ ਕੋ ਕਿਉਂਕਿ ਗੋਜਰੀ ਮਾ ਬਹੁਤ ਸਾਰਾ ਮਾਰਾ ਪੈਣ ਪਰਾ ਜਿਹੜਾ ਦੂਰ ਅਲਾ ਦੂਰ ਦਰਾਜ ਇਲਾਕਾ ਮਰੇ ਨਾ ਲਾਈ ਉਹਨਾਂ ਨੇ ਮਾਰੀ ਆਵਾਜ਼ ਕੋ ਪਤੋ ਚੱਲ ਜਾਗੋ ਜਿਹੜਾ ਮਾਜ਼ੂਰ ਲੋਕ ਹੈ ਉਹਨਾਂ ਵਸਤੇ ਉਹ ਥੋੜੇ ਜਿਹੀ ਕਿ ਸਰਟੀਫਿਕੇਟ ਗਿਣਵਾਉਂਗਾ ਕਿਉਂਕਿ ਇੱਕ ਜਿਹੜੀ ਜਿਹਨਾਂ ਆਮ ਡੋਮਿਸਾਈਲ ਸਰਟੀਫਿਕੇਟ ਜਿਹੜਾ ਮਾਰੀ ਪੁਸ਼ਤੀ ਪਹਿਲਾਂ ਸਰਟੀਫਿਕੇਟ ਹੋਤੀ ਉਸਦੀ ਜਗ੍ਹਾ ਉਹ ਡੋਮਿਸਾਈਲ ਸਰਟੀਫਿਕੇਟ ਹੈ ਇੱਕ ਤਾਂ ਵਾ ਲੈਣੀ ਹੈ ਉਹਨਾਂ ਨੇ ਔਰ ਦੂਸਰਾ ਮਾਜ਼ੂਰ ਉਹਨਾਂ ਦੀ ਜਿਹੜੀ ਸਰਟੀਫਿਕੇਟ ਹੈ ਵਾ ਜਿਹੜੀ ਉਹਨਾਂ ਨੇ ਕੀ ਕਰਨਾ ਆਪਣੀ ਅਗਰ ਪੁਰਾਣੀ ਕਿਸੇ ਕੀ ਸਰਟੀਫਿਕੇਟ ਬਣੀ ਹੋਈ ਹੈ ਤਾਂ ਵਾ ਉਹ ਤੋਂ ਆਪਣਾ ਕਿਸੇ ਨਜ਼ਦੀਕੀ ਕੰਪਿਊਟਰ ਸੈਂਟਰ ਵਿੱਚ ਉਹ ਆਨਲਾਈਨ ਕਰਨੀ ਹੈ ਔਰ ਵਾ ਆਨਲਾਈਨ ਕਰ ਗਿਆ ਉਹਨਾਂ ਨੇ ਹਸਪਤਾਲ ਵਿੱਚ ਇੱਕ ਡੇਟ ਮਿਲ ਜਾਏ उस डेट पर उस बेनिफिशरी ने तो आना तो आगे क्या करेगा वो अपनी सर्टिफिकेट जो है वो असल करेगा उसने अस्पताल में भी आने की कोई जरूरत नहीं है बहुत सारा लोगों तो ने अपनी देखियो कि अस्पताल के अंदर इतनी खप खानू मचे हुए है बचारा डॉक्टर भी तंग आया वहीं वे हम फोन करेंगे तब इन लोगों का क्यों नहीं थमता आम के साथ थमा लोगों ने जब लोगों को सर्टिफिकट ही नहीं तो लोगों ने सर्टिफिकेट बनवा नहीं क्योंकि यह पेंशन बड़ी पुरानी लगी हुई है तरह में तो लेगा सोशल वेलफेयर डिपार्टमेंट जो लोग जो है पेंशन असल कर रहा था लेकिन बदकिस्मती की वजह ना पहला जी पेंशन लगाया हुआ थी उसमें डिसबिलिटी सर्टिफिकेट जी वह थी लेकिन उसमें परसेंटेज कुछ नहीं वह थी क्योंकि बहुत सारा लोगों की ਪਰਸੈਂਟੇਜ ਪੁਰਾਣੀ ਸਰਟੀਫਿਕੇਟਾਂ ਦੇ ਅੰਦਰ ਨਹੀਂ ਹੈ ਉਹ ਲੋਕ ਬਚਾਰਾ ਇਸ ਵਕਤ ਹਸਪਾਲਾਂ ਦਾ ਚੱਕਰ ਬ ਚੱਕਰ ਚੱਕਰ ਬ ਚੱਕਰ ਲਗਾ ਰਹੇ ਉਹ ਲੋਕ ਬਚਾਰਾ ਹੂੰ ਜਾਂ ਕਹੂੰਗਾ ਕਿ ਖਜਲ ਨਹੀਂ ਹੋ ਰਹੀ ਬਲਕਿ ਉਹਨਾਂ ਨੇ ਜਾਂ ਸਟਰੀਮ ਲਾਈਨ ਕਰਵਾਸਤਾ ਗਵਰਨਮੈਂਟ ਕਰੀ ਹੈ ہمارا ਆਨਰੇਬਲ ਪ੍ਰਾਈਮ ਮਿਨਿਸਟਰ ਮਾਰਾ ਐਲਜੀ ਸਾਹਿਬ ये जामें के हम देखा कि कितने लोग जुड़ाएँ माजूर हैं कितना लोग जुड़ाएँ वे ओल्ड एज हैं कितनी बेवाई जिन्हों ना अगर ये पेंशन बधाई जाएगी ऑनलाइन हो जाएगी क्योंकि इसके अंदर बहुत सारी जड़ी ना वे सर्टिफिकेट के अंदर या कागज़ों के अंदर ये जाँच पड़ताल कर जी की जा रही है वह इस वस्ते नहीं की जा रही है कि किसी लोगों ने तंग किया हो जाए वन टाइम जो सारा का सारा ये लोग ऑनलाइन पेंशन पोर्टल पर चढ़ जाएगा पहले हर काम ਜਿਸ ਵਕਤ ਇਨਸਾਨ ਜ਼ਮੀਨ ਦੇ ਅੰਦਰ ਜਿਹੜਾ ਨਾ ਮਕਾਨ ਕੋ ਪਲੰਤ ਖੋਣਾ ਤਾਂ ਉਸਮੇ ਕਾਫੀ ਪਰੇਸ਼ਾਨੀ ਆਵੇ ਜਿਹੋ ਮਕਾਨ ਬਣ ਜਾਏ ਤਾਂ ਫਿਰ ਇਨਸਾਨ ਕਿੰਨੂੰ ਸੋਣੋ ਲੱਗਾ ਉਸਕੇ ਅੰਦਰ ਬੈਠੇ ਹੋ ਕਦੇ ਉਹ ਆਪਣੀ ਲਾਬੀ ਮੇ ਕੁਰਸੀ ਲੈ ਜਾਏ ਕਦੇ ਕਮਰਾ ਮੇ ਲੈ ਜਾਏ ਕਦੇ ਹੋਰ ਦੂਸਰੀ ਜਗ੍ਹਾ ਮੇ ਲੈ ਜਾਏ ਔਰ ਕਦੇ ਰਸੋਈ ਮੇ ਜਾ ਕੇ ਬੈਠ ਜਾਏ ਤਾਂ ਉਸ ਵਸਤਾ ਇਹ ਪਹਿਲਾ ਸਟਾਰਟਿੰਗ ਮੇ ਸਾਰਾ ਨਾ ਪਰੇਸ਼ਾਨੀ ਆਵੇਗੀ ਕਾਂ ਲਾਈਨ ਕਰਦਾ ਮੈਂ ਲੇਕਿਨ ਇਹ ਹੈ ਕਿ ਇੱਕ ਮਸਲਵੰਾਰ ਹੋ ਜਾਏਗਾ ਔਰ ਆਰਾਮ ਕੇ ਨਾਲ ਲੋਕ ਸਕੂਨ ਕੇ ਲਾਫੀ ਪੈਨਸ਼ਨ ਲੇਗਾ ਇਹ ਉਹਨਾਂ ਐਸਐਮਐਸ ਵੀ ਆਵੇ ਕੋ ਪੈਨਸ਼ਨ ਆਵੇਗੀ ਦੇਖੋ ਇਸ ਵਕਤ ਵਕ ਮਾਰਾ ਜਿੰਨਾ ਵੀ ਪੈਨਸ਼ਨ ਨਹੀਂ ਮੈਂ ਹੋ ਜਾਂ ਅਰਜ਼ ਕਰੂੰ ਤੁਮਨੇ ਕਿ ਮਾਰਾ ਕਿੰਨਾ 68000 ਕੇ ਕਰੀ ਪੈਨਸ਼ਨ ਡਿਸਟ੍ਰਿਕਟ ਵਿੱਚ ਪੈਨਸ਼ਨ ਲੈ ਰਿਹਾ ਹੈ ਉਹਨਾਂ ਨਾਲ ਥਾਰੀ ਬਸਾਦ ਰੋਣੀ ਹੈ ਉਹਨਾਂ ਇਹ ਗੁਜ਼ਾਰਿਸ਼ ਕਰੂੰ ਕਿ ਜਿਹੜਾ ਤੁਮ ਇਹ ਆਪਣਾ ਕਾਰਡ ਲਾਵੀ ਜਿਹੜਾ ਕਾਰਡਨ ਥਾਰੋ ਜਿਹੜਾ ਇਹ ਏਪੀਐਲ ਵਾਲਾ ਜਾਂ ਬੀਪੀਐਲ ਵਾਲਾ ਉਹ ਨਾ ਲਾਵੀ ਇਸ ਕੇ ਉਪਰ क्योंकि ए पी एल और बी पी एल कार्ड जो है वो खत्म हो गया है दो हज़ार सत्रह तो बाद जिस वक्त नफसा लागू हुए थे उसमें और और तो उस वक्त ये बी पी एल और ए पी एल जो कार्ड है ये खत्म कर गए कन्वर्ट हो गया ए वाई कार्ड हो गए तो उसमें पी एच एच हो गए तो ये ए पी एल और बी पी एल तो कार्ड हो गए तो या पी एच एच एल हो गया तो बाकी सारी कार्डा कर खत्म कर गया था माजूर लोगों ना जिन्हें वो ए पी एल कार्ड है वे ए पी एल कार्ड ना लामी बल्कि जो ना वो एन पी एच एच कार्ड है वो लामी नॉन पेनल्टी पेरेंटिव होल्डर कार्ड है वो अगर वो ए पी एल लामेगा ना है वो ए पी एल तो एन पी एच ए सेम है लेकिन गवर्मेंट की तरफों हमने इंस्ट्रक्शन आई मैं हम भाई दस क्योंकि हम अपनी तरफ कोई भी चीज़ जो नहीं लगा सकता उसमें यह है कि अगर किसी को बाप अफसर भी है अगर उसको बाप जो है वो गवर्मेंट मुलाजम भी है माजूर आदमी वो भी अपना फार्म वो बच्चों अगर उस लोगों को बच्चो है या बच्ची है या उन्होंने पहन भरा है वो पार सके फार्म उन्होंने कोई ऐसा दिक्कत नहीं है कि उन्होंने इनकम कोई बाहर हो क्योंकि गवर्नमेंट की तरफों हर चीज़ पर सहूलियत दी जा रही है ना कि गवर्मेंट जी वो तंग कर रही है ਮਾਰੀ ਗੌਰਮ ਨੇ ਮਾਰਾ ਐਲਜੀ ਸਾਹਿਬ ਇਹ ਜੀ ਆਮੀ ਡੀਸੀ ਸਾਹਿਬ ਕੀ ਤਰਫੋਂ ਵੀ ਮਿਟੇਲੀ ਹਮਨਾ ਹਦਾਇਤ ਵੈ ਮਾਰੀ ਜਿਹੜੀ ਡੀਜੀ ਮੈਮੀ ਡਾਇਰੈਕਟਰ ਜਨਰਲ ਉਹਨਾਂ ਕੀ ਤਰਫੋਂ ਵੀ ਇਹ ਹਦਾਇਤ ਹੈ ਹਮਾਰਾ ਡਿਸਟ੍ਰਿਕਟ ਅਫਸਰ ਕੀ ਤਰਫੋਂ ਵੀ ਇਹ ਹਦਾਇਤ ਹੈ ਕਿ ਜਿੰਨਾ ਤੋਂ ਜਿੰਨਾ ਜਲਦੀ ਹੋ ਸਕਦਾ ਸਾਰਾ ਲੋਕਾਂ ਦਾ ਫਾਰਮ ਪਰਵਾ ਕੇ ਉਹਨਾਂ ਆਨਲਾਈਨ ਕਰਾਓ ਮੇਰੀ ਗਜ਼ਾਰਿ ਥਾਰਾ ਚੈਨਲ ਕਾ ਬਾਦ ਮਨ ਲੋਕ ਨੇ ਇੱਕ ਵਾਸਤੋ ਖੁਦਾ ਕੋ ਤਬਨਾ ਤਮ ਜਿਹੜਾ ਕਾਗਜ਼ ਭਰਾਵੀਂ ਨਾ ਇਹ ਇੱਕ ਆਪਣਾ ਖਾਲੀ ਕਾਗਜ਼ ਘਰੋਂ ਚਾਹਗਾ ਤਮ ਨਹੀਂ ਲੈਣਾ ਹੀ ਕੰਪਿਊਟਰ ਸੈਂਟਰ ਤੱਕ ਉਤੋਂ ਉਹ ਜਿਹੜੀ ਜਿਹੜੀ ਕਾਪੀ ਥਾਰੀ ਵੇ ਵੇ ਕਾਪੀ ਜਿਹੜੀ ਉਹਨਾਂ ਕਮ ਸੇ ਕਮ ਸੰਭਾਲ ਕੇ ਰੱਖੋ ਤਾਂ ਮੂੰ ਤਾਂ ਨਾ ਅਗਰ ਇਹ ਯੂਟੀ ਆਈਡੀ ਕਾਰਡ ਜਿਹੜਾ ਤਾਂ ਨਾ ਯੂਨਿਕ ਡਿਸੇਬਿਲਟੀ ਕਾਰਡ ਮਿਲਣਾ ਵਾਸਤੇ ਖੁਦਾ ਕੋ ਇਸਨੂੰ ਵੀ ਤਮ ਕਿਦਾ ਸੰਭਾਲ ਕੇ ਰੱਖਿਓ ਮਤ ਕਿਦਾ ਕਿ ਮੋਛਮਾ ਰਾਖਸ਼ੋੜੀ ਸਨ ਲੈ ਗਏ ਤਾਂ ਇਸਨੂੰ ਚੂ ਲਾ ਚਾ ਲਿਆ ਤੇ ਥਾਰੋ ਕੰਮ ਹੋ ਜਾਏ ਕਿਉਂਕਿ ਬਹੁਤ ਸਾਰਾ ਲੋਕਾਂ ਜਿਹੜਾ ਨੇ ਇਹ ਆਪਣਾ ਜਿਹੜਾ ਕਾਗਜ਼ ਜਿਹੜੇ ਸੰਭਾਲ ਕੇ ਨਹੀਂ ਰੱਖਤਾ ਗਰਾਵਾਂ ਮਾ ਅਕਸਰ ਲੋਕਾਂ ਦਾ ਆਦਤ ਵੈ ਕਿ ਮੋਛਮਤ ਆੜਸ਼ੋੜੀ ਔਰ ਇਹ ਚੀਜ਼ ਜਿਹੜੀ ਹੈ ਉਹਨਾਂ ਚੀਜ਼ਾਂ ਜਿਹਨਾਂ ਜਗ੍ਹਾ ਤੋਂ ਜਿਹੜੀਆਂ ਵੇ ਜ਼ਾਇਬ ਵੀ ਹੋ ਜੀ ਔਰ ਫਿਰ ਖ ਬਾਕੀ ਜਿਹੜੇ ਰਿਓ ਬਿਆਨ ਅਲਫੀ ਜੜੂਆ ਤਾਂ ਮੈਂ ਪਹਿਲਾਂ ਪਤਾ ਹੈ ਕਿ ਜੱਜ ਸਾਹਿਬ ਕੋ ਬਿਆਨ ਅਲਫੀ ਤੋਂ ਲੇਕਿਨ ਗਵਰਨਮੈਂਟ ਨੇ ਮਾਰੀ ਜਿਹੜੀ ਕਮਿਸ਼ਨਰ ਸੈਕਟਰੀ ਮੈਮ ਉਹਨਾਂ ਨੇ ਉਸੇ ਅੰਦਰ ਤਕਫੀਫ ਕੀ ਹੋਰ ਉਹਨਾਂ ਨੇ ਕਿਉਂਕਿ ਉਸ ਐਫਰਡੇਬਲ ਦੀ ਜਗ੍ਹਾ ਲੋਕ ਕਿਉਂਕਿ ਡਿਸਟ੍ਰਿਕਟ ਹੈੱਡ ਕੁਆਰਟਰ ਮੈਂ ਆ ਕੇ ਕੋਰਟ ਕੇ ਵੀ ਜਿਹੜਾ ਖੱਪਾ ਮੀ ਦਾ ਉਹਨਾਂ ਨੇ ਕਿਉਂਕਿ ਨਾਇਬ ਸਰਦਾਰ ਕੋ ਐਫਰਡੇਬਲ ਵੀ ਚਲਾਇਆ ਕੋ ਆਪਣਾ ਆਪਣਾ ਬਲਾਕ ਕੇ ਵਿੱਚ ਆਪਣਾ ਆਪਣਾ ਤਹਿਸੀਲ ਕੇ ਵੀ ਹਾਲਾਂਕਿ ਮਹਾਰਾਜ ਜਿੰਨਾ ਵੀ ਬਲਾਕ ਹੀ ਸਾਰਾ ਮੈਂ ਨਾਇਬ ਸਰਦਾਰ ਵੈਸੇ ਉਹ ਸਾਰਾ ਉਹਨਾਂ ਕੋਲ ਟੈਸਟ ਕਰਵਾ ਸਕੀ ਵਨ ਟਾਈਮ ਇੱਕ ਦਿਨ ਜਾਣੋ ਹਫਤਾਵਾਂਾਂ ਵੀ ਜਾ ਕੇ ਆਪਣਾ ਜਿੱਦਾਂ ਵੀ ਐਫਐਡਬੀ ਉਹ ਟੈਸਟ ਕਰਾ ਸੀ ਡੋਮਿੰਸਲ ਅਨਸਪਰਟ ਆ ਜਾ ਅਧਿਨੀ ਮੇਰੀ ਤਹਿਸੀਲ ਮੈਂ ਅਲਹਮਦੁਲਿਲਾ ਅੱਲਾਹ ਕੋ ਸ਼ੁਕਰ ਹੈ ਤਸਿਲਦਾਰ ਸਾਹਿਬ ਜੈਸਾ ਕਿਸੇ ਆਦਮੀ ਕੋ ਫਾਈਲ ਲੈ ਕੇ ਜਾ ਇਮੀਡੀਏਟਲੀ ਅਵੇਲੀ ਤਸਿਲਦਾਰ ਸਾਹਿਬ ਜੈਸਾ ਕੋ ਫਾਈਲ ਲੈ ਕੇ ਇੱਕਦਮ ਮਤਲਬ ਕੋਈ ਵੀ ਢਿਲੇ ਕਿਸੇ ਕਰਨੀ ਕਰਦਾ ਕਿਉਂਕਿ ਇਨਾਂ ਲੋਕਾਂ ਨੇ ਦੇਖਿਆ ਕੋਈ ਵੀ ਆਦਮੀ ਢਿਲੇ ਨਹੀਂ ਕਰਦਾ ਹਸਪਤਾਲ ਮੈਂ ਸਰਟੀਫਿਕੇਟ ਮੈਂ ਥੋੜਾ ਇੱਕ ਪ੍ਰੋਸੈਸ ਮੈਂ ਟਾਈਮ ਲੱਗਾ ਕਿਉਂਕਿ ਉਹ ਉਸ ਪੋਰਟਲ ਦੇ ਉੱਪਰ ਜਾ ਕੇ ਤਾਂ ਸਰਟੀਫਿਕੇਟ ਅਪਰੂਵ ਹੋਵੇ ਮੈਂ ਤਦ ਤੱਕ ਮੈਂ ਸਰਟੀ ਇਆ ਉਮਰ ਜ਼ੈਦਾ ਸਰਟੀਫਿਕੇਟ ਲੈਣ ਵਸਾ ਹਸਪਤਾਲ ਕੋ ਤੁਮੇ ਰੁਕੀ ਹੋਵੇ ਤਾਂ ਮਾਗਾ ਪੂਰੀ ਤੇੜੀ ਲੈਣ ਮ ਖੜਾ ਰਿਤ ਆਵੀ ਕਿ ਐ ਸਵਸਥ ਹੈ ਥਾਰਾ ਬਲਾਗ ਮੈਡੀਕਲ ਅਫੀਸਰ ਜਿਹੜਾ ਮੰਡੀ ਕੇ ਵੀ ਜਮਨੀ ਜਿਤਨਾ ਵੀ ਲੋਕ ਥਾ ਆਰ ਪੰਚਾਇਤ ਮ ਕੈਂਪ ਕਰਵਾਇਓ ਤਾਂ ਆਪਣਾ ਕੰਸਰਨ ਬਲਾਕ ਮੈਡੀਕਲ ਅਫਸਰ ਕੋਲ ਜਾਓ ਉਹ ਤਾਰੀ ਸਰਟੀਫਿਕੇਟ ਜਦ ਉਮਰ ਕੀ ਬਣੇ ਤਾਂ ਫਿਰ ਤੁਮ ਕੈਸ ਵਸਤਾ ਬੁਣਾ ਆਵੀਂ ਇਤਨੋ ਬੜੋ ਕਿਰਾਇਆ ਖਾਚ ਕਰ ਗਿਆ ਉਹ ਤੇੜੀ ਵੀ ਤੋੜੀ ਔਰ ਤਾਰੀ ਰਾਤ ਕਰਨ ਨਾ ਵੀ ਫਿਕਰ ਵੈ ਪਤਾ ਨਹੀਂ ਮੂੜ ਗਿਆ ਬੁਡਾ ਮਾਰਾ ਆਵੀਂ ਅਗੇ ਨਹੀਂ ਆਵੇਂਗਾ ਇਸ ਵਸਤਾ ਖੈ ਤਮ ਨਾ ਮੇਰੀ ਇਹ ਗੁਜ਼ਾਰਿਸ਼ ਹੈ ਜਿੰਨਾ ਵੀ ਬਜ਼ੁਰਗ ਹੈ ਕਿ ਤਮ ਆਪਨੋ ਜਿਹੜਾ ਉਮਰ ਕੀ ਸਰਟੀਫਿਕੇਟ ਜਿਹੜੀ ਹੈ ਵਾ ਆਪਣਾ ਕੰਸਰਨ ਬੀਐਮਓ ਆਫਿਸ ਅਜੀ ਬੀਐਮਓ ਸਾਈਮਾਨ ਜਿੰਨਾ ਵੀ ਇਹ ਸਾਰਾ ਦਾ ਸਾਰਾ ਕਾਪਰੇਟ ਕਰੀ ਲਗਾਵਾ ਔਰ ਮੈਂ ਤਮ ਨਾ ਬਿਆਨ ਅਲਫੀ ਉਥੋਂ ਮਿਲਿਆ ਕੋ ਔਰ ਜਿਹੜੀ ਹਮਾਰੀ ਦੂਸਰੀ ਪੈਨਸ਼ਨ ਲੈਣ ਵਾਲੀ ਜਿਹੜੀ ਵਾ ਉਹਨਾਂ ਨੇ ਮੇਰੀ ਗੁਜ਼ਾਰਿਸ਼ ਹੈ ਕਿ ਬਹੁਤ ਸਾਰਿਆਂ ਨੂੰ ਵੀ ਦਿੱਕਤ ਆਵੇ ਕਿ ਵੀ ਇਹ ਕਹ ਰਹੀ ਕਿ ہماری ਜਿਹੜੀ ਸਰਟੀਫਿਕੇਟ ਹੈ ਵਾ ਡੈਥ ਸਰਟੀਫਿਕੇਟ ਮਾਰਾ ਕਾਰਾ ਲਗੀ 20 ਸਾਲ 30 ਸਾਲ ਪਹਿਲਾਂ ਮਾਰੋ ਕਾਰਾ ਲੋ ਮਰ ਗਏ ਵਾ ਤਾਂ ਆਮਾ ਸਰਟੀਫਿਕੇਟ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਸਰਟੀਫਿਕੇਟ ਇਸ ਵਕਤ ਦੇਣ ਵਾਸਤੇ ਤਿਆਰ ਨਹੀਂ ਹੈ ਲੇਕਿਨ ਜਿੰਨਾ ਵੀ ਕੰਸਰਨ ਐਸਐਚਓ ਸਾਹਿਬਾਨੀ ਔਰ ਡੀਸੀ ਸਾਹਿਬ ਕੀ ਤਰਫੋਂ ਵੀ ਸਾਰਾ ਨਾਅਦਾਇਤ ਮਿਲਿਆ ਕਿ ਆਪਣਾ ਕੰਸਰਨ ਜਿੰਨਾ ਵੀ ਥਾਰਾ ਚੌਕੀਦਾਰ ਨਮਾਦਾਰੀ ਨੂੰ ਕੋਲ ਇੱਕ ਰਿਪੋਰਟ ਕਰਾ ਕੇ ਲੈਣੀ ਆਪਣਾ ਸਰਪੰਚ ਕੋਲ ਟੈਸਟ ਕਰਾ ਕੇ ਲੈਣੀ ਔਰ ਉਸੇ ਵਕਤ ਆਪਣ ਐਸ ਐਚਓ ਸਾਹਿਬਾਨ ਵੀ ਦੇ ਰਹੀ ਉਸਮ ਦਾ ਕੋਈ ਦਿੱਕਤ ਵਾਲਾ ਮਸਲਾ ਨਹੀਂ ਹੈ ਲੇਕਿਨ ਜਿਨ੍ਹਾਂ ਕੀ ਪੁਰਾਣੀ ਸਰਟੀਫਿਕੇਟ ਨਹੀਂ ਉਹ ਮੇਰੀ ਜਿੰਨਾ ਵਿੱਚ ਕੰਸਰਨ ਵੀ ਦਿਓ ਸਾਹਿਬਾਨ ਹੈ ਯਾ ਐਸ ਐਚਓ ਸਾਹਿਬਾਨ ਉਹਨਾਂ ਵੀ ਮੇਰੀ ਗਜ਼ਾਰਸ਼ ਹੈ ਕਿ ਇਹਨਾਂ ਤਾਂ ਬਚਾ ਲੈ ਕਿਉਂਕਿ ਇਹ ਆਮਾਰਾ ਐਸਾ ਲੋਕ ਹੈ ਕਿ ਜਿਹੜਾ ਬਿਲਕੁਲ ਗਰੀਬੀ ਦੇ ਸੱਤ ਤੋਂ ਨੀਚੇ ਜ਼ਿੰਦਗੀ ਜਿੜੀਆਂ گزار ਰਹੇ ਤੇ ਇਹਨਾਂ ਕੀ ਹਰ ਤਰੀਕਾ ਨਾਲ ਇਹਨਾਂ ਕੀ ਮਦਦ ਕੀ ਜਾਏ ਇਹਨਾਂ ਸਰਟੀਫਿਕੇਟ ਜਿਹੜੀ ਆ ਵਾ ਗਜ਼ਾਰ ਕੀ ਜਾਏ ਉਸੇ ਬੇਸ 'ਤੇ ਉੱਪਰ ਕਿ ਜਿਹੜਾ ਇਹ ਚੌਕੀਦਾਰ ਨਮਦਾਰ ਆਪਣਾ ਕੰਸਰਨ ਕਿਉਂਕਿ ਚੌਕੀਦਾਰ ਨਮਦਾਰ ਕੋਲ ਇੱਕ ਮੌਤ-ਉਮਵਾਤ ਕੋ साइन कर देंगे बाकी कोई इस तरह को मसलो नहीं है कि कोई किसी ना नमस्ते कोई इस तरह की कोई हमारी तरफों को अपनी जी ये अपना स्कीम या इस या इस तरह की कोई हम गाइडलाइन जारी करना, देखो गाइडलाइन जितनी भी है सरकार की तरफ जारी है बारह दफ्तर की तरफों वही गाइडलाइन रहेगी वही जी आर्डर ऊपरों आवेगा वही हम अगर लोग थमावें और हम अपनी तरफों कोई भी चीज़ ना एड आड़, कर सकें ना माइनस कर सका जैसा पहले जाज साहब को एफिडेविट रखे वो तो जज साहब को एफिडेवट लेता रहा जिस वक्त आज जयब सदार को लेना नायब सदार को लेगा जिस वक्त आयदार को लेना हो तो को लेना ਹੈ ਮੇਰੀ ਸਾਰਾ ਚੈਨਲ ਦੇ ਮਾਧਮ ਨਾਲ ਜਿੱਦਾਂ ਵੀ ਮੇਰਾ ਪੈਨ ਪ੍ਰਾਪ ਬਜ਼ੁਰਗ ਮੇਰੀ ਮਾਂ ਪੈਣੀ ਉਹਨਾਂ ਸਾਰਿਆਂ ਨਾਲ ਇਹ ਗੁਜ਼ਾਰਿਸ਼ ਹੈ ਕਿ ਤੁਮ ਫਾਰਮ ਆਪ ਨੂੰ ਬੜੀ ਇhtiyat ਦੇ ਨਾਲ ਕੰਪਿਊਟਰ ਸੈਂਟਰ ਦੇ ਉੱਪਰ ਜਾ ਗਿਆ ਪਰਵਾਓ ਤਾਂ ਕਿ ਥਾਰੋ ਫਾਰਮ ਜਿਹੜਾ ਉਹ ਰਿਜੈਕਟ ਨਾ ਹੋਵੇ ਕੰਸੈਂਟ ਫਾਰਮ ਲਗਾਓ ਔਰ ਬਹੁਤ ਸਾਰਾ ਮੈਂ ਕੰਸੈਂਟ ਫਾਰਮ ਇਸ ਤਰ੍ਹਾਂ ਵੀ ਦੇਖਿਆ ਕਿ ਜਿਹਨਾਂ ਦੇ ਉੱਪਰ ਨਾ ਆਈ ਨਹੀਂ ਥਲੇ ਆਧਾਰ ਕਾਰਡ ਲਿਖਿਆ ਹੋਇਆ ਨਾਲ ਨਾ ਬੈਂਕੀ ਮੋਰ ਹੈ ਨਾ ਕਿਸੇ ਦੀ ਮੋਰ ਕੱਖ ਨਹੀਂ ਉਹ ਉਸ ਉਹਨਾਂ ਤਮ ਨਾਲ ਮੇਰੀ ਗੁਜ਼ਾਰਿਸ਼ ਹੈ ਇਨੇ ਤਾਰਾ ਦੇ ਚੈਨਲ ਕੇ ਮਾਧਮ ਨਾਲ ਲੋਕਾਂ ਨਾਲ ਇਹ ਗੁਜ਼ਾਰਿਸ਼ ਕਰੂੰ ਕਿ ਤਮ ਆਪਣਾ ਜਿੰਨਾ ਵੀ ਫਾਰਮ ਹੈ ਸਾਰਾ ਦਾ ਸਾਰਾ ਉਹਨਾਂ ਇੱਕ ਵਾਰ उसना ऑनलाइन कराने पहले पढ़ लियो उसना किसी स्याना आदमी ने दस लोग कि भाई ये फार्म है आया इस फार्म ना हूँ यो मेरा फार्म ठीक है या मेरी उम्र भी ठीक है इस तरह के जी ये लोगों ना भी इस ना फिर थारो आ फार्म आते तो रहो तो जा तो रहो आ तो रहो तो जा तो रहो फिर तुम्हें तो एक लम्बो टाइम लग जाए फिर थारी पेंशन दस तरीकों बाद अगर तभी अपलोड कियो फार्म ऑनलाइन कियो तो फिर वो सारा को सारा जो है ना वो एक प्रॉब्लम क्रिएट करेगा सारा वास्तव बाकी रह गया उम्र रसीदा लोग जो भी उन्होंने मेरी गुजारिश है कि यो गोजरी में आज अमीन पाई ने नहीं, ये था, थारा वास्तव खसूसी टाइम कट गया हूँ थारो बहुत शुक्र गुजारा कि तब ने अपनी कीमती टाइम यो कटो लोगों वास्त क्योंकि यो पब्लिक की फला वस्त सारों काम है और माशाल्लाह माशाला पहला भी ज़्यादा खुद भी पब्लिक की फला वस्ता काम करी और जितना भी हमारा ये माजूरों की थारा चैनल हो क्योंकि सुन को भी ज़्यादा इंटरेस्ट रखी और लोग जो हमारा ज़्यादा गोजरी जबान जो है हमारा इस इलाका में बोली है तो इस वक्त मेरी गुजारिश है कि जितना भी लोग ही में अपना फार्मा पेजेंट हो पहले कम से कम एट लीस्ट एक बार ज़रूर अपना इसना चेक कर लें ਮੂੰ ਫਿਰ ਇੱਕ ਵਾਰ ਤੁਮਣਾ ਇੱਕ ਹਜ਼ਾਰਿਸ਼ ਕਰੂੰਗਾ ਕਿ ਤੁਮ ਇੱਕ ਵਾਰ ਸਰਟੀਫਿਕੇਟ ਦਾ ਬਾਰਾ ਮਾ ਜਿਹੜਾ ਤੁਮਨੇ ਡਾਕੂਮੈਂਟ ਲੈਣੇ ਮੈਂ ਇੱਕ ਵਾਰ ਫਿਰ ਸੁਣ ਲੈ ਤੁਮ ਇੱਕ ਤਗੜੀ ਡੋਮਿਸਾਈਲ ਸਰਟੀਫਿਕੇਟ ਇੱਕ ਵਾਰ ਲੈਣੀ ਹੈ ਇੱਕ ਤੁਮਨੇ ਆਪ ਨੂੰ ਜੜੂ ਇਹਨਾ ਪ੍ਰੂਫ ਲਾਣੂ ਹੈ ਆਪਣਾ ਰਹਿਣ ਕੋ ਕਿ ਤੁਮ ਕੀ ਤਰੀ ਵੋਟਰ ਕਾਰਡ ਵੀ ਤੁਮ ਲਾ ਸਕੀਂ ਇਲੈਕਟ੍ਰਿਸਿਟੀ ਕੋ ਬਿੱਲ ਬਿਜਲੀ ਕੋ ਵੀ ਲਾ ਸਕੀਂ ਆਧਾਰ ਕਾਰਡ ਵੀ ਤੁਮ ਲਾ ਸਕੀਂ acha uske baad teesro jodo hai wo proof of age ya birth certificate ਪਰ ਉਹ ਤੁਹਾਨੂੰ ਲੈਣੂਗਾ ਕਿ ਥਾਰੀ ਬਰਥ ਜਿਹੜੀ ਆ ਬਰਥ ਥਾਰੀ ਕੀ ਹੈ ਪਾ ਸਕੂਲ ਮੇ ਅਗਰ ਤੁਹਾਨੂੰ ਪੜਿਆ ਮੈਨਖਾ ਠੀਕ ਹੈ ਅਗਰ ਨਹੀਂ ਹੈ ਤਾਂ ਥਾਰੀ ਜਿਹੜੀ ਮਿਊਨਿਸਪੈਲਟੀ ਵਿੱਚ ਹੋ ਸਕਿਆ ਜਾਂ ਐਸ ਐਚਓ ਕਨਸਰਟ ਤੁਹਾਨੂੰ ਲਿਖ ਦੇ ਕੋ ਜਾਂ ਮੈਡੀਕਲ ਬੋਰਡ ਕਿਉਂਕਿ ਮਾਰਾ ਲੋਕ ਜਿੰਨਾ ਵੀ ਗ੍ਰਾਮਾ ਨਹੀਂ ਲਗਾ ਉਹਨਾਂ ਨਾ ਐਸ ਐਚਓ ਨਹੀਂ ਲਿਖਿਆ ਦੇਣੋ ਦਾ ਨਾ ਲਿਖਿਆ ਦੇਣੋ ਮਿਊਨਿਸਪੈਲਟੀ ਦੀ ਕਿਉਂਕਿ ਗ੍ਰਾਮਾ ਮਾ ਲੋਕਰੀ ਤਾਂ ਵੇਜਲਾ ਕਨਸਰਟ ਆਪਣਾ ਜਿਹੜਾ ਉਹਨਾਂ ਉਹ ਕਿ ਮੈਡੀਕਲ ਬੋਰਡ ਹੈ ਵੇ ਬੀ ਐਮਓ ਲਿਖਿਆ ਦੇ ਬੋ ਬੀ ਐਮਓ ਸਾਈਬਾਨ ਜਿੱਦਿਨੀ ਸਰਟੀਫਾਈ ਕਰਦੀ ਹੈ ਅਥੈਂਟੀਕ ਜੋ ਪੈਨਸ਼ਨ 올ਡ ਏਜ ਵਾਸਤੇ ਆਧਾਰ ਕਾਰਡ ਲਾਣੂ ਨਾਲ ਤੁਹਾਨੂੰ ਜੋ ਥਾਰੋ ਬਣੀ ਹੋਏ ਅੱਛਾ ਇਹ ਗੱਲ ਹੋਰ ਸੁਣ ਲਿਓ ਬਹੁਤ ਸਾਰੇ ਲੋਕ ਜਿਹਨਾਂ ਨੇ ਆਧਾਰ ਕਾਰਡ ਤੋਂ ਆਪਣੀ ਉਮਰ ਮਲਾਤਾ ਨਹੀਂ ਉਹ ਤੁਹਾਨੂੰ ਇਹ ਗੁਜ਼ਾਰਿਸ਼ ਕਰਦਾ ਥਾਰੋ ਜਿਹੜਾ ਆਧਾਰ ਕਾਰਡ ਹੈ ਨਾ ਉਸਕੇ ਉੱਪਰ ਥਾਰੀ ਉਮਰ ਆਮ ਨਹੀਂ ਅਥੈਂਟੀਕੇਟ ਕਰਦਾ ਥਾਰੀ ਉਮਰ ਜਿਹੜੀ ਆ ਬਾ ਜਿਹੜੀ ਡਾਕਟਰ ਦੀ ਸਰਟੀਫਿਕੇਟ ਵਗੀ ਵਾਈ ਕੰਸੀਡਰ ਵਗੀ ਨਾ ਕਿ ਥਾਰੀ ਆਧਾਰ ਕਾਰਡ ਕਿਉਂਕਿ ਬਹੁਤ ਸਾਰੇ ਵਿਚਾਰਾ ਇਸ ਤਰ੍ਹਾਂ ਦੇ ਲੋਕ ਜਿਹਨਾਂ ਦੇ ਆਧਾਰ ਕਾਰਡ ਅੰਦਾਜ਼ਾ ਨਾ ਉਮਰ ਲਿਖੀ ਹੋਈ ਹੈ ਕੋਈ 70 ਸਾਲ ਕੋਈ ਤਾਂ 40 ਸਾਲ ਹੀ ਛੁੜੀ ਹੋਈ ਹੈ ਕੋਈ 40 ਸਾਲ ਕੋਈ ਤਾਂ ਉਸ 70 ਸਾਲ ਹੀ ਛੁੜੀ ਹੋਈ ਹੈ ਫੀਸ ਅਰੇ ਇਸ ਤਰ੍ਹਾਂ ਕੇਸ ਹੀ ਇਸ ਵਸਤ ਤਾਂ ਆਧਾਰ ਕਾਰਡ ਆਪਣੀ ਉਮਰ ਨਾਲ ਮਲਾਤਾ ਰਹੀ ਹੋ ਬੈਸ ਕੇ ਉਸ ਤੋਂ ਬਾਅਦ ਜਿਹੜਾ ਥਾਰੋ ਬੈਂਕ ਕੋ ਫਸਟ ਪੇਜ ਜਿਹੜਾ ਥਾਰੋ ਕਿਹੜੋ ਇਹਨਾਂ ਪਾਸਬੁਕ ਕੋਈ ਤੇ ਤੁਮਨੇ ਉਹ ਵੀ ਉਸਕਾ ਨਾਮ ਲਾਨੋ ਹੈ ਠੀਕ ਹੈ ਉਸ ਤੋਂ ਬਾਅਦ ਜੋ ਥਾਰੋ ਐਫ ਆਈ ਡੀ ਐਪ ਹੈ ਉਹ ਮੈਂ ਤੁਮਨੇ ਗਜ਼ਾਰਿਸ਼ ਕੀਤੀ ਉਹ ਆਪਣਾ ਫਸਟ ਲਾਈ ਮੈਜਿਸਟ੍ਰੇਟ ਕੋਲ ਟੈਸਟ ਕਰਾਣਾ ਹੈ ਉਸਮਾਨ ਨਾਇਬ ਤਸਦਾਰ ਵੀ ਆਵੇ ਤਿਸਦਾਰ ਵੀ ਆਵੇ ਔਰ ਜੈ ਸਾਹਿਬ ਵੀ ਆਵੇ ਤਾਂ ਵੀਡੀਓ ਪੈਨਸ਼ਨ ਦਾ ਸਰਟੀਫਿਕੇਟ ਤਾਂ ਮੈਂ ਤੁਮਨੇ ਪਹਿਲਾਂ ਗਿਣਾ ਚੁੱਕਿਆ ਹਾਂ ਤੇ ਡਿਸੇਬਿਲਟੀ ਕਾ ਵੀ ਤੁਮਨੇ ਗਿਣਾ ਚੁੱਕਿਆ ਹਾਂ ਸਭ ਇੱਕ ਮਿੰਟ ਉਹ ਥਾਰਾ ਕੋਲ ਇਹ ਚੀਜ਼ ਤੁਮਨੇ ਰੋਕੂ ਮੈਂ ਇਹ ਕਥਕਲਾਮੀ ਵਾਗੀ ਜਿਸ ਤਰੀਕੇ ਨਾਲ ਵੀਡੀਓ ਪੈਨਸ਼ਨ ਨਿਕਾਲ ਕਰ ਰਹੀ ਹੈ ਯਾਨੀ ਜਿਹੜੀ ਬੇਵਾ ਦੀ ਪੈਨਸ਼ਨ ਹੈ ਉਸਮੇ ਤੁਮਨੇ ਸਾਰੀ ਫਾਰਮੈਲਟੀ ਲੇਕਿਨ ਇੱਕ ਫਾਰਮੈਲਟੀ ਜਿਹੜੀ ਸ਼ਾਇਦ ਮੈਨੂੰ ਲੱਗਾ ਕਿ ਸ਼ਾਇਦ ਰਹਿ ਗਈ ਹੈ ਜਿਸ ਤਰੀਕੇ ਨਾਲ ਉਸਮੇ ਇੱਕ ਅਨ ਮੈਰਿਜ ਦੀ ਇੱਕ ਸਰਟੀਫਿਕੇਟ ਜਿਹੜੀ ਲਾਣੀ ਪਈ ਉਸਕਾ ਬਾਰੇ ਮਾਰਾ ਨਾਜ਼ੀ ਨਾ ਅਨ ਮੈਰਿਜ ਸਾਡੀ ਜਿਹੜੀ ਅਨ ਮੈਰਿਡ ਸਰਟੀਫਿਕੇਟ ਹੈ ਬਾ ਤੁਮਨੇ ਜਿਹੜੀ ਵੀ ਬੇਵਾ ਹੈ ਉਹਨਾਂ ਨੇ ਅਨ ਮੈਰਿਜ ਸਰਟੀਫਿਕੇਟ ਜਿਹੜੀ ਦਾ 50 ਸਾਲ ਤੋਂ ਉੱਪਰ ਹੈ ਉਹਨਾਂ ਨੇ ਕਿ ਸ਼ਾਦੀ ਕਰਨੀ ਹੁਣ ਮੁਰਗਾ ਜਿਹੜੀ 50 ਸਾਲ ਤੋਂ ਥੱਲੇ ਹੈ ਜਾਂ ਜਿੰਨਾ ਵੀ ਹੈ ਉਹਨਾਂ ਸਾਰਿਆਂ ਨੇ ਕਿ ਕਹਨੋ ਆਪਣਾ ਚੌਕੀਦਾਰ ਨਮਾਦਾਰ ਜਾਂ ਸਰਪੰਚ ਕੋਲ ਲਿਖਾਇਆ ਹੈ ਨਾ ਕਿਸੇ ਵੀ ਗੈਸਟਰੀ ਅਫਸਰ ਕੋਲੋਂ ਸਾਈਨ ਕਰਾ ਲਿਆ ਕਿਉਂਕਿ ਮਾਮਨਾ ਲਿਖਿਆ ਗੈਸਟਰੀ ਅਫਸਰ ਆਮਨਾ ਜਿਹੜੋ ਸਰਕਾਰ ਕੋ ਹੁਕਮ ਵੈਗੋ ਆਮ ਭਾਈ ਕਰਾਂਗੇ ਆਮ ਆਪਣੀ ਮਰਜ਼ੀ ਨਾਲ ਨਹੀਂ ਤੁਮਨਾ ਕਹਤਾ ਕਿ ਹਮਣਾ ਪਤਾ ਹੈ ਕਿ ਚੌਕੀਦਾਰ ਨਮਾਦਾਰ ਜ਼ਿਆਦਾ ਜਾਣੇ ਗੈਸਟਰੀ ਅਫਸਰ ਕੋਲੋਂ ਕਿਉਂਕਿ ਉਹ ਗ੍ਰਾਮ ਅਰ ਹੈ ਉਸਨ ਸਾਰਾ ਕੋਈ ਪਤਾ ਹੈ ਸਰਪੰਚ ਜ਼ਿਆਦਾ ਜਾਣੇ ਉਹਨਾਂ ਜ਼ਿਆਦਾ ਪਤਾ ਹੈ ਲੇਕਿਨ ਅਟੈਸਟਮੈਂਟ ਉਹਨਾਂ ਕੋਲ ਲਿਖਾ ਕੇ ਕਿਸੇ ਵੀ ਗੈਸਟਰੀ ਅਫਸਰ ਕੋਲੋਂ ਤੁਮ ਅਟੈਸਟ ਕਰਵਾਸੀ ਜਿਹੜੋ ਥਾਰੇ ਤੇ ਡਰ ਮਾਸਟਰ ਵੈ ਉਸ ਨੂੰ ਕਰਵਾ ਲਓ ਤਾਂ ਉਹ ਕੋਈ ਜ਼ਰੂਰੀ ਨਹੀਂ ਕਿ ਕਿਸੇ ਹੋਰ ਨੂੰ ਕਰਵਾਣ ਦੀ ਜਰੂਰਤ ਹੈ ਤਾਂ ਇਸ ਵਿੱਚ ਕੋਈ ਦਿੱਕਤ ਆ ਲੋ ਕੋਈ ਘਬਰਾਨਾ ਲੋ ਕੋਈ ਮਸਲੋ ਨਹੀਂ ਹੈ ਤਾਂ ਉਸ ਤੋਂ ਬਾਅਦ ਜਿਹੜੀ ਮੇਰੀ ਇਨਸਟ੍ਰਕਸ਼ਨ ਇਲਾ ਕੰਪਿਊਟਰ ਸੈਂਟਰ ਲੈ ਵਾਸਤੋ ਖੁਦਾ ਕੋ ਤਮ ਨਾ ਤਮ ਅੱਲਾਹ ਦੇ ਵਾਸਤੇ ਜਿਹੜਾ ਵੀ ਤਮ ਫਾਰਮ ਭਰੀ ਨਾ ਤਮ ਇਹਨਾਂ ਅੱਖੋਂ ਗਿਆ ਪੜਿਆ ਕਰੋ ਕਿਉਂਕਿ ਤਮ ਮੈਨਾਂ ਲਗਾ ਹੋ ਗਿਆ ਅੰਗਲਾ ਠਿਆ ਵੀ ਤਾਂ ਤੁਮਨ ਫਾਰਮ ਨਜ਼ਰ ਨਹੀਂ ਆ ਤੋ ਤਮ ਉਸ ਮੋਬਾਈਲ ਕੇ ਵਿੱਚੋਂ ਜੋ ਵੀ ਤੁਮਨ ਲੱਭੇ ਤਮ ਆਪ ਤਮਨੇ ਪੈਸਾ ਲੈਣਾ ਹੈ ਥਾਰਾ ਪਾਣੇ ਕੋ ਕਾਲੋ ਲਿਖਿਆ ਹੋਇਆ ਹੈ ਕਿ ਸਫੇਦ ਲਿਖਿਆ ਹੋਇਆ ਹੈ ਵਾਸਤੋ ਖੁਦਾ ਕੋ ਥੋੜਾ ਜਿਹਾ ਫਾਰਮ ਨਾ ਚੰਗੇ ਤਰੀਕੇ ਨਾਲ ਚੈੱਕ ਕਰਿਆ ਕਰੋ ਔਰ ਚੈੱਕ ਕਰ ਔਰ ਮੈਂ ਕੰਪਿਊਟਰ ਸੈਂਟਰ ਨਾਲ ਨਾ ਇਹ ਕਲੀਅਰ ਕਰ ਪਿਛਲੀ ਬਾਰ ਵੀ ਕਿਹਾ ਤੋ ਉਨਵੇਂ ਕੋ ਜਿਨਾ ਵੀ ਕੰਪਿਊਟਰ ਸਟਾਏ ਮੈਨੇ ਲਗਾ ਕਿ ਅਗਰ ਤਮ ਇਹ ਸਹੀ ਤਰੀਕਾ ਨਾਲ ਨਹੀਂ ਕੰਮ ਕਰਸੀ ਤਾਂ ਮੈਨੇ ਲਗਾ ਤਮ ਬਾਦ ਕੇ ਥਾਣਾ ਤੱਕ ਜਾਣਾ ਪਈਂਗਾ ਤਾਂ ਤਮ ਇਸਰ ਮੇਰੀ ਤੁਮ ਨਾਲ ਆਤ ਚੋੜ ਕੇ ਗਜ਼ਾਰਿਸ਼ ਹੈ ਕਿ ਤਮ ਚੰਗੇ ਤਰੀਕੇ ਨਾਲ ਫਾਰਮ ਨਾ ਪਹਿਲੇ ਚੈੱਕ ਕਰਿਆ ਕਰੋ ਤਮ ਹੀ ਗਰੀਬਾਂ ਕੋਲ ਪੈਸਾ ਲੈਣੇ ਦੇਖੋ ਇਹ ਗਰੀਬ ਲੋਕ ਹੀ ਵਿਚਾਰਾ ਮਾਜ਼ੂਰੀ ਨਾ ਤੋ ਆਂਗਾ ਲੋਕ ਇਹ ਆਮੀ ਥਾੜਾ ਕੋਲੇ ਵੀ ਇਹ ਦੇਖੋ ਥਿਆੜੀ ਤੋੜੀ है इस वे सवेरा तो शाम तक कंप्यूटर का चक्कर तवाफ करता नहीं बैस के तमाम ता फिर गलत फार्म अपलोड करी और उसकी खा, 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 खा परेशानी में और फिर वा वापस करना भी और गुजारिश करूं जितना खुदा को इन्होंने फार्मी ऑनलाइन हो तबनी खाली वो जो कंजेंट फार्म है वो चढ़ानू है बाकी तब कुछ नहीं करूँगा लेकिन वास्तव खुदा खोल गए सेंटर में जितना भी तमाम लोग कम करें वास्तव खुदा को तम इन्होंने लोगों ਨਾਲ ਅੱਛੇ ਤਰੀਕੇ ਨਾਲ ਇਹਨਾਂ ਦਾ ਡਾਕੂਮੈਂਟ ਚੈੱਕ ਕਰਕੇ ਅਪਲੋਡ ਕਰੋ ਆਨਲਾਈਨ ਕਰੋ ਤਾਂ ਕਿ ਇਹਨਾਂ ਲੋਕਾਂ ਨਾਲ ਜਿਹੜੇ ਵਿਚਾਰਾ ਨਾ ਮਾਜ਼ੂਰਾ ਨਾਲ ਬਾਰ ਬਾਰ ਤੱਕਾ ਬੁੱਢਾ ਨਾ ਔਰ ਬੇਵਾ ਔਰਤਾਂ ਨਾਲ ਟਿਕਾ ਨਾ ਖਾਣ ਵੀ ਕਿਉਂਕਿ ਇਹ ਮਜ਼ਲੂਮ ਲੋਕ ਹੀ ਇਹਨਾਂ ਦੀ ਆਵਾਜ਼ ਜਿਹੜੀ ਅੱਲਾਹ ਦੇ ਨਾਲ ਇਹਨਾਂ ਦੇ ਦਰਮਿਆਨ ਕੋਈ ਫੈਸਲਾ ਨਹੀਂ ਕਾਖਵੀ ਅੱਲਾਹ ਇਹਨਾਂ ਦੀ ਆਵਾਜ਼ ਡਾਇਰੈਕਟ ਸੁਣੇ ਔਰ ਐਸਾ ਨਾ ਹੋਵੇ ਕਿ ਕਿਸੇ ਦੀ ਬਦਵਾ ਲਿੰਗਲ ਜਾ ਆਮ ਬਣਦਾ ਬਣਦਾ ਸਾਰੋ ਹੀ ਮਾਰੋ ਸਤਿਆ ਨਾਸ ਹੋ ਜਾਏ ਤਾਂ ਮੇਰੀ ਗੁਜ਼ਾਰਿਸ਼ ਥਾਰਾ ਸਾਰਾ ਕੰਪਿਊਟਰ ਸੈਂਟਰ ਨਾਲ ਹੀ ਆਏ ਕਿ ਜਿੰਨਾ ਵੀ ਤਾਂ ਫਾਰੇ ਪਾਣੀ ਪਹਿਲਾਂ ਅੱਛਾ ਅੱਖਾਂ ਅੱਖਾਂ ਖੋਲ ਗਏ ਉਹਨਾਂ ਪੜੋ ਪੜ ਕੇ ਦੇਖੋ ਉਹਨਾਂ ਦਾ ਡਾਕੂਮੈਂਟਸ ਮਿਲਾਓ ਉਸ ਤੋਂ ਬਾਅਦ ਤਮ ਜਿਹੜਾ ਉਹਨਾਂ ਨੂੰ ਫਾਰਮ ਆਨਲਾਈਨ ਕਰੋ ਤਾਂ ਕਿ ਸਾਰੇ ਲੋਕਾਂ ਨਾਲ ਜਿਹੜਾ ਹੈ ਉਹ ਫਾਇਦਾ ਹੋਵੇ ਅਤੇ ਤਮ ਥਾਰਾ ਤੋਂ ਦਵਾ ਵੀ ਕਰਨਗੇ ਲੋਕ ਤਮ ਪੈਸਾ ਵੀ ਨਹੀਂ ਉਹ ਦਵਾ ਵੀ ਨਹੀਂ ਲੋਕਾਂ ਕੋਲ ਔਰ ਬਾਕੀ ਜਿੰਨਾ ਵੀ ਲੋਕ ਕੰਜ਼ਨਟ ਫਾਰਮ ਆਲਾ ਜਾਂ ਤਸਿਲਦਾਰ ਸਾਹਿਬ ਨੂੰ ਜਿਹੜਾ ਲੋਕ ਐਫੇਡੇਵਿਟ ਲੈ ਕੇ ਆਵੇਂ ਨਾ ਵੇ ਕੇ ਕਹਿੰਗੇ ਤਸਿਲਦਾਰ ਸਾਹਿਬ ਦਾ ਕਿਸੇ ਕਲਰਿਕ ਨੇ ਮੋਰ ਲਾਦੀ ਰੋ ਤਨਸਣ ਵਾਲੀ ਗੱਲ ਕਰੀ ਪਿਛਾ ਮੂੜ ਗਿਆ ਆਵੇਂ ਦਫਤਰ ਮੇ ਮਾਰਾ ਕੋਲ ਆਈ ਅਪਲੋਡ ਫਾਰਮ ਆਇਆ कम से कम सत्तर अस्सी फार्म जो है वापस की हो खा गया बंद तो अपनी मोर तो लवाई ना मोर के ऊपर कोई दस्खत भी कराओ ना किसी को चाहे वो नाबिसदार साहब को या कोिसदार साहब को या किसी को भी है और कंजेंट फार्म बैंक आवे मेरी गुजारिश है कि उन्हें अथेंटिकेट जो मोर लवाया करो और ऊपर आपको नाम ही खदारा लिखा करो ਤਾਂ ਕਿ ਥਾਰੋ ਨਾ ਵੈਗੋ ਥਾਰੋ ਆਧਾਰ ਕਾਰਡ ਵੈਗੋ ਤਾਂ ਕਿ ਆਪਣਾ ਪਤਾ ਚੱਲ ਸਕੇ ਕਿ ਜੋ ਥਾਰੋ ਹੀ ਫਾਰਮ ਹੈ ਤਾਂ ਬਾਕੀ ਉਹ ਕੁਝ ਨਹੀਂ ਕਹਦੋ ਮੇਰੀ ਤਰਫੋਂ ਤਮਨਾ ਸਾਰਾ ਨਾ ਇਹ ਮੁਦਵਾਨਾ ਗੁਜ਼ਾਰਿਸ਼ ਹੈ ਕਿ ਜਿੰਨਾ ਵੀ ਥਾਰਾ ਇਹ ਫਾਰਮ ਹੈ ਇਹਨਾਂ ਜਲਦੀ ਇਨਸ਼ਾਅੱਲਾ ਜਲਦੀ ਤੋਂ ਜਲਦੀ ਇਹਨਾਂ ਨਾਲ ਸਮਾਲਣ ਦੀ ਕੋਸ਼ਿਸ਼ ਕਰਾਂਗਾ ਇਹ ਥਾਰੀ ਪੈਨਸ਼ਨ ਬਾਗਜ਼ਾਰ ਕਰਨ ਦੀ ਕੋਸ਼ਿਸ਼ ਕਰਾਂਗਾ ਥਾਰੀ ਪੈਨਸ਼ਨ ਕੋਈ ਬੰਦ ਨਹੀਂ ਹੁੰਦੀ ਕਾਫੀ ਲੇਕਿਨ ਜਿਹੜਾ ਲੋਕ ਅਲੀਜੀਬਲ ਉਹਨਾਂ ਦੀ ਤੇ ਬੰਦ ਨਹੀਂ ਹੋ ਸਕਦਾ ਜਿਹੜਾ ਇਨ ਅਲੀਜੀਬਲ ਹੋਗਾ ਉਹਨਾਂ ਪਰ ਨਜ਼ਰਸਾਨੀ ਸ਼ੁਰੂ ਹੈ ਗਵਰਨਮੈਂਟ ਕੀ ਔਰ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜਾ ਵੀ ਆਦਮੀ ਨਾ ਜਿਸ ਜਗ੍ਹਾ ਵੀ ਕੋਈ ਦਿੱਕਤ ਹੈ कि भाई हमारा मोबाइल नंबर भी थारा कोल ही मीडिया पर्सन हमारा ये अपना जर्नलिस्ट है हमारा अमीन साहब ही ये भी हमारी खबर था तक पहुँचाता नहीं तो कोई भी कमी है तो हम किसी वक्त भी, भी कॉल कर सकें मारो नंबर जो है वो था। सारा सारा को पेंशनों को मैक्सीम नंबर और हर आदमी हम इन कोशिश करेंगे कि कॉल आगे उसने तसली दें बाकी जितना भी लोग बाकी सिकीमा को भी इस्तेफा दो इन शाला हासिल कर रहे हैं मैरिज को है अगर किसी ने कोई इस तरह की दिक्कत है मैरिज वस्तु भी मुझे गुजारिशन वही लोग को ये मैरिज का फॉर्म भरें जहाँ लोग जिन्होंने बच्चियों की शादी है इस वास्तव ਕਿਉਂਕਿ ਦਫ਼ਤਰ ਮਾਂ ਵੀ ਹਰ ਚੀਜ਼ ਆਈਡੈਂਟੀਫਾਈਡ ਹਰ ਚੀਜ਼ ਜਿਹੜੀ ਸਕੋਟਿੰਗ ਵੈ ਫਿਰ ਐਸ ਖਾਮ ਖਾ ਕਦੇ ਕਾਰਡ ਥਾਰੋ ਗਲਤ ਵੈ ਕਦੇ ਥਾਰੋ ਐਫਡੇਵਿਟ ਗਲਤ ਵੈ ਕਦੇ ਤਾਂ ਆਪਣੀ ਮੈਰਿਜ ਕਾਰਡ ਕੋ ਪਰੇ ਉਹ ਵੈ ਕੋਈ ਡੇਟ ਦਾ ਨਾਲ ਜਿਹੜਾ ਥਾਰੋ ਦੂਸਰੋ ਵੈ ਐਫਡੇਵਿਟ ਉਸ ਕੋਈ ਡੇਟ ਵੈ ਫਾਰਮ ਕੇ ਉੱਪਰ ਕੋਈ ਡੇਟ ਭਰੀ ਵੈ ਖਤਾਰਾ ਮੇਰੀ ਇਹ ਗੁਜ਼ਾਰਿਸ਼ ਹੈ ਥੋੜਾ ਜਿਹਾ ਇਹਨਾਂ ਨਾਲ ਅੱਛਾ ਤਰੀਕੇ ਨਾਲ ਦੇਖਿਆ ਕਰੋ ਔਰ ਇਨਸ਼ਾਅੱਲਾ ਆਇੰਦਾ ਵੀ ਆਪਣਾ ਮਾਰੀ ਖਬਰ ਜਿਹੜੀ ਪਹੁੰਚਦੀ ਰਹੇਗੀ ਅਮੀਰ ਪਾਇ ਰੰਗਾ ਥਰੂ ਤਾਂ ਇਨਸ਼ਾਅੱਲਾ ਬਾਕੀ ਜਿੰਨੀ ਵੀ ਫਾਰਮੈਲਟੀ ਹੈ ਇਸ ਨਾਲ ਅੱਛੇ ਤਰੀਕੇ ਨਾਲ ਜਿਸ ਕੀ ਵੀ ਫਾਰਮੈਲਟੀ ਇਨਕੰਪਲੀਟ ਉਸ ਕੋ ਫਾਰਮ फिर आलम वापस कर रहे हैं हमारा को टाइम कम हो तो फिर हम रिजेक्ट कर लोगे हमारा को और दूसरी ऑप्शन ही कोई नहीं है भाई ये थोड़े थो पैगाम सारा लोगों तक आजम साहब आजम साहब बड़ी खूबसूरत अंदाज में तुमने माशाल्लाह क्योंकि गोजी बोलनी जड़ी है हम इस चीज ने समझा के बड़ी मुश्किल है लेकिन उसके बावजूद माशाल्लाह जिस तरीके ना तुमने बड़ा कंपेयर करके लोका ने ये चीज पूरी जड़ी तफसीलन दसी है ਆ ਆਖਰ ਮੈਂ ਇੱਕ चीज ਜਰੂਰ ਜਾਣਨੀ ਕੋਸ਼ਿਸ਼ ਕਰੂੰਗਾ ਜਿਸ ਤਰੀਕੇ ਨਾਲ ਦੇਖਿਆ ਜਾਏ ਜਿਸ ਤਰੀਕੇ ਤੁਮਨੇ ਵੀ ਦੱਸਿਓ ਕਿ ਕਾਫੀ ਲੋਕਾਂ ਦਾ ਫਾਰਮ ਜਿਹੜਾ ਵੈ ਐਡਿਟ অপਸ਼ਨ ਕਰਕੇ ਤਾਂ ਉਹਨਾਂ ਨੇ ਵਾਪਸ ਰਿਟਰਨ ਕਰੇ ਲਗਾਉ ਕਿਉਂਕਿ ਕੰਸੈਂਟ ਫਾਰਮ ਉਸਮਾਂ ਨਹੀਂ ਐਡ ਹੋਇਆ ਉਹ ਤੋਂ ਉਸੇ ਸਿਲਸਿਲੇ ਮਾ ਅਗਰ ਦੇਖਿਆ ਜਾਏ ਜਿਤ ਤੁਹਾਡੀ ਤਰਫੋਂ ਵੀ ਔਰ ਖਾਸ ਕਰਕੇ ਡਿਸਟ੍ਰਿਕਟ ਸੋਸ਼ਲ ਵੈਅਰ ਅਫਸਰ ਦੀ ਗੱਲ ਕਰਾਂ ਉਹਨਾਂ ਦੀ ਤਰਫੋਂ ਵੀ ਜਿਹੜੀ ਬੜੀ ਕੋਸ਼ਿਸ਼ ਕਰ ਗਿਆ ਕਈ ਲੋਕਾਂ ਦਾ ਐਸਾ ਜਿਹੜਾ ਉਹਨਾਂ ਨੇ ਆਪਣੇ ਬਜ਼ਾਤੇ ਖੁਦ ਆਪਣੀ ਜ਼ਿੰਮੇਵਾਰੀ ਔਰ ਆਪਣੀ ਸਿਰਦਰਦੀ ਲੈ ਕੇ ਜਿਹੜਾ ਲੋਕਾਂ ਦਾ ਕਈ ਆਧਾਰ ਕਾਰਡ ਜਿਹੜ اس کے باوجود تقریبا ہو یا جاننے کی کوشش کروں گا کتنا فارم جڑا ہے اس ٹائم تک ایسا پینڈنگ پیا ہوا کیونکہ ہم دیکھا لگا ہوا ہے اس ٹائم اگر کھڑی ہو پر 7 بجے وہ ٹائم وی لگو لیکن پھر بھی تم بیٹھ کے کام کام کرنے لگا ہوا خدمت خلق سمجھیا کہ لوکوں کو کام جلدی تو جلدی ہو اور جلدی ہونا ہے جڑا فارم رکے ہیں بے निपटा سکے ہوں جاننے کی کوشش کروں گا اس ٹائم تک کتنا ایسا فارم جڑا ہے اٹکیا ہوا ہے لے اور خاص کر کے ਉਹਨਾਂ ਨਾਲ ਨਿਪਟਾਰਨ ਵਾਸਤੇ ਕਿਸ ਤਰੀਕੇ ਨਾਲ ਧਾਰੀ ਜਦੋਂ ਜਾਰੀ ਹੈ ਔਰ ਲੋਕਾਂ ਕੋ ਜਿਹੜਾ ਕੋਆਪਰੇਸ਼ਨ ਤਾਂ ਆਪਣੇ ਪਹਿਲੇ ਹੀ ਉਹਨਾਂ ਨੇ ਦੱਸਿਓ ਕਿ ਉਹਨਾਂ ਉਤਾਵਨ ਧਾਰ ਨਾਲ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਕੰਪਿਊਟਰ ਦੁਕਾਨਾਂ ਹੀ ਗੱਲ ਕਰਨਾ ਉਹਨਾਂ ਭਾਈਆਂ ਨਾਲ ਵੀ ਇਹ ਖਸੂਸੀ ਅਪੀਲ ਕੀ ਗਈ ਤਾਂ ਉਹ ਇਹ ਥੋੜੀ ਜਿਹੀ ਧਾਰਾ ਕੋ ਦਸੀ ਜਾਣਨਾ ਚਾਹੂੰਗਾ ਮਹਾਰਾ ਜਿੰਨੇ ਵੀ ਪੈਨਸ਼ਨ ਲੈਣ ਵਾਲੇ ਲੋਕੀ ਵਿੱਚ ਟੋਟਲ 67000 ਰਹੀ ਔਰ ਉਸ ਵਿੱਚ 37000 ਮਾਰੇ ਕੋਲ ਫਾਰਮ ਆਇਆ ਹੈ ਇਟ ਮੀਨਸ ਕਿ ਮਾਰੇ ਕੋਲ ਨਿੱਸਫਾਰਮ ਆ ਗਿਆ ਹੈ ਔਰ 50% ਜਿਹੜਾ ਫਾਰਮ ਮਾਰੇ ਕੋਲ ਆਇਆ ਹੈ ਉਹਨਾਂ ਦੇ ਵਿੱਚ ਵੀ ਆਪਾਂ ਫਾਰਮ मसलो आ गए हो किसी को एफिडेविट ही नहीं लगा किसी को एफिडेविट है तो उसको दस्खत नहीं है इस तरह मारे को सैंती हज़ार के गरीब फार्म आ भी जो उसमें कम से कम ग्यारह हज़ार फार्म फारवर्ड कर तो बाकी ने जो अंडरप्रासी है और सिक्योरिटी करें इन शाला वो भी जल्दी से जल्दी फारवर्ड कर क्योंकि मारे को दस तरीक जी है डेडलाइन है दस तरीकों बाद अपने फिर सारा फार्म बल्कमा जो है फारवर्ड करना है जी जी ਆਜਮ ਸਾਹਿਬ ਤੁਸੀਂ ਆਪਣੇ ਖਸੂਸੀ ਵਕਤ ਕੱਢਿਓ ਇਤਨਾ ਆਵਾਮ ਨੇ ਜਿਹੜੀ ਇਹ ਐਮ ਜਾਣਕਾਰੀ ਦਿੱਤੀ ਉਸ ਸੇ ਥਾਰੋ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸ਼ੁਕਰੀਆ ਥਾਰੋ ਅਮੀਨ ਭਾਈ ਤੁਸੀਂ ਮਾਰੀ ਖਬਰ ਜਿਹੜੀ ਲੋਕਾਂ ਤੱਕ ਪਹੁੰਚਾਈ ਤਾਂ ਕਿ ਲੋਕਾਂ ਨੇ ਇਸ ਕੋਈ ਇਹ ਖੇਮਤੇ ਖਲਗ ਹੈ ਤੁਸੀਂ ਕਿਸੇ ਵਕਤ ਵੀ ਆ ਕੇ ਮਾਰਾ ਕੋਲੋ ਜਿਹੜਾ ਵੀ ਮਤਲਬ ਲੋਕਾਂ ਨਾਲ ਲੋਕਾਂ ਦਾ ਕੋਈ ਪੈਗਾਮ ਹੈ ਉਹ ਪਹੁੰਚਾਵੇਂਗਾ ਤਾਂ ਇਨਸ਼ਾਅੱਲਾ ਇਸ ਮਾਰੋ ਵੀ ਨਫਾ ਹੋਏਗਾ ਤੇ ਥਾਰੋ ਵੀ ਨਫਾ ਹੋਏਗਾ ਅੱਲਾ ਤੁਮਹੇ ਸਲਾਮਤ ਰੱਖੇ ਬਹੁਤ ਬਹੁਤ ਸ਼ੁਕਰੀਆ ਆ ਨਾਜ਼ੀਨ ਯਕੀਨਨ ਜਿਸ ਤਰੀਕੇ ਨਾਲ ਇਹ ਮਾਰਾ ਨਾਲ تھا ਤਹਿਸੀਲ ਸੋਸ਼ਲ ਵੈਲਫੇਅਰ ਆਫੀ ਬੜਾ ਖੂਬਸੂਰਤ ਅੰਦਾਜ਼ ਮੈਂ ਕਿਉਂਕਿ ਗੋਜੀ ਬੋਲਣੀ ਬੜੀ ਮੁਸ਼ਕਲ ਹੈ ਲੇਕਿਨ ਉਸਕੇ باوجود ਇਹਨਾਂ ਨੇ ਆਵਾਮ ਤੱਕ ਇਹ ਖੁਸੂਸੀ ਪੈਗਾਮ ਕਿਉਂਕਿ ਆਵਾਮ ਇਸ ਟਾਈਮ ਕਾਫੀ ਦਰਦਪਧਰ ਹੈ ਪਰੇਸ਼ਾਨ ਹੋ ਰਹੀ ਹੈ ਔਰ ਉਹਨਾਂ ਕੀ ਜਿਹੜੇ ਡਾਕੂਮੈਂਟ ਹੈ ਉਹਨਾਂ ਨੇ ਲੇਗਾ ਕਿਦਾਂ ਨਿਕਲਿਆ ਉਹਨਾਂ ਨੇ ਜਿਹੜਾ ਦਿਨ ਰਾਤ ਜਿਹੜੀ ਕਾਫੀ ਫਿਕਰ ਰਹਿ ਕੇ ਮਾਰੀ ਪੈਨਸ਼ਨ ਪਤੋਂ ਨਹੀਂ ਬੰਦ ਹੋ ਜਾਈਆ ਕਿ ਹਾਲਾਕੇ ਅਗਰ ਮੈਂ ਕਮਾਈ ਗੱਲ ਕਰਾਂ ਤਾਂ ਤੁਸੀਂ ਦੇਖੇ ਕਿ ਇਸ ਟਾਈਮ ਤਕਰੀਬਨ ਜਿਤਨਾ ਵੀ ਇਹ EMPLOYEES ਬੈਠਾ ਹੋਏ ਚਾਹੇ ਉਹ ਛੋਟਾ ਮੁਲਾਜ਼ਮ ਹੋਵੇ ਚਾਹੇ ਬੜਾ ਅਫਸਰ ਹੋਵੇ ਸਾਰਾ ਹੀ ਜਿਹੜਾ ਵ ਬਲਕਿ वे यह सोचें कि हमारी ड्यूटी या नहीं देखनी कि टाइम यो बल्कि यो देखना होगा कि खिदमत खलक में कितनों आम अहम रोल अद कर सका और माशा वो रोल ये अद भी कर रहे हैं और खाली इन्हें ये गल नहीं कर स आम महकमा सेहत की गल करा उन्हों का जो मुलाजम है वे भी दिन रात कोशिश कर रहे हैं अगर मेडिकल बोर्ड की गल करें जो ओल्ड एज सर्टिफिकेट जन वाला मुलाजम है वे भी देर रात तक बैठकर बेचारा काम करता रहे और उन्हें भी यही अव्वल फुर्सत में यह कोशिश है कि आवाम तक जी उन्हें सर्टिफिकेट उन्हें जारी कीजिए लेकिन इस दौरान फिर इहना चाहूँगा पहला ਨੇ ਜਿਹੜਾ ਇੰਟਰਵਿਊ ਕੀਤਾ ਉਥੋਂ ਹਾਲਾਂਕਿ ਉਹ ਉਰਦੂ ਮਾ ਤੌਰ ਕਈ ਲੋਕਾਂ ਦਾ ਜਿਹੜਾ ਮੈਨੂੰ ਫੋਨ ਆਇਆ ਥਾ ਉਹਨਾਂ ਉਹ ਇਹ ਕਹਿਣਾ ਥੋ ਕਿ ਭਾਈ ਕਈ ਲੋਕ ਐਸੇ ਜਿਹੜਾ ਉਹਨਾਂ ਦਾ ਸਮਝ ਨਹੀਂ ਆਈ ਇਸ ਵਜ੍ਹਾ ਤੋਂ ਹਮਨੇ ਇੱਕ ਕੋਸ਼ਿਸ਼ ਕੀਤੀ ਅੱਜ ਇਹ ਸੋਚੋ ਕਿ ਆਪਣੀ ਦੇਸੀ ਜ਼ੁਬਾਨ ਵਿੱਚ ਜਿਹੜਾ ਲੋਕਾਂ ਤੱਕ ਇਹ ਖਸੂਸੀ ਪੈਗਾਮ ਦਿੱਤੋ ਜਾਏ ਉਮੀਦ ਰੱਖੂਗਾ ਕਿ ਜਿਸ ਤਰੀਕਾ ਨਾਲ ਇਹਨਾਂ ਨੇ ਪੂਰੀ ਤਫਸੀਲ ਦਸੀ ਹੈ ਕਿ ਕੀ ਕੀ ਡਾਕੂਮੈਂਟ ਜਿਹੜਾ ਉਹ ਚਾਹੀਏ ਔਰ ਇਸ ਮੈਂ ਇੱਕ ਚੀਜ਼ ਜਿਹੜੀ ਮੈਂ ਇਹਨਾਂ ਕੋਲੋਂ ਕਤਾ ਕਲਾਮੀ ਕਰ ਗਿਆ ਵਾਪਸ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਬੇਵਾ ਪੈਨਸ਼ਨ ਹਾਸਲ ਕਰ ਰਹੀ ਹੈ ਉਹਨਾਂ ਨਾਲ ਜਿੱਤ ਬਾਕੀ ਡਾਕੂਮੈਂਟ ਤਾਂ ਲਾਣਾ ਹੀ ਹੈ ਲੇਕਿਨ ਇੱਕ ਸਰਟੀਫਿਕੇਟ ਜਿਹੜੀ ਵਾ ਉਹਨਾਂ ਦੀ ਇਜ਼ਾਫੀ ਹੈ ਵਾ ਹੈ ਅਨਮੈਰਿਜ ਸਰਟੀਫਿਕੇਟ ਯਾਨੀ ਕਿ 50 ਸਾਲ ਤੋਂ ਉੱਪਰ ਜਿਨ੍ਹਾਂ ਦੀ ਉਮਰ ਹੈ ਉਹਨਾਂ ਦਾ ਕੋਈ ਜ਼ਰੂਰਤ ਨਹੀਂ ਹੈ ਲੇਕਿਨ 50 ਸਾਲ ਤੋਂ ਥੱਲੇ ਜਿਸ ਦੀ ਉਮਰ ਹੈ ਉਹਨਾਂ ਨੇ ਇੱਕ ਅਨਮੈਰਿਜ ਸਰਟੀਫਿਕੇਟ ਪਰਫਾਰਮੋ ਲੈਣਾ ਹੈ ਔਰ ਉਸਨਾਂ ਲੈ ਗਏ ਕੋਈ ਵੀ ਗਸਟਡ ਅਫਸਰ ਚਾਹੇ ਉਹ ਕਿਸੇ ਐਜੂਕੇਸ਼ਨ ਡਿਪਾਰਟਮੈਂਟ ਕੋ ਹੈ ਜਾਂ ਦੀਗਰ ਜਿਸ ਡਿਪਾਰਟਮੈਂਟ ਕੋ ਵੀ ਹੈ ਕੋਈ ਡਾਕਟਰ ਹੈ ਉਸਕਾ ਕੋਲ ਉਹ ਟੈਸਟ ਕਰਵਾਣਾ ਉਹ ਕੋਈ ਮੁਸ਼ਕਲ ਕੰਮ ਨਹੀਂ ਹੈ ਲੇਕਿਨ ਅਗਰ ਉਹ ਟੈਸਟ ਕਰਵਾ ਗਿਆ ਉਹ ਫਾਰਮ ਆਨਲਾਈਨ ਕਰਾਤਾ ਵਾਲਾ ਤਾਂ ਨਹੀਂ ਲਾਸੇ ਦਾ ਥਾਰੀ ਜਿਹੜੀ ਹੈ ਉਹ ਵੈਰੀਫਿਕੇਸ਼ਨ ਜਿਹੜੀ ਕੰਪਲੀਟ ਨਹੀਂ ਹੋ ਸੈ ਔਰ ਉਸਮਾ عموما یہ دیکھو جائے کہ بعد میں یہ الزام تراشی محکمہ ور لائی جائے جبکہ اس میں محکمہ کی غلطی محکمہ نے وہی کرنا ہے جو انہوں نے اوپر جڑا انہاں کا اعلی افسران نے انہی جڑی ڈائریکشن ہے جڑی ہدایت ہے اسی کے تحت انہوں نے چلنا ہے تو امید رکھاں گا کہ عوام نہ جڑی انہوں نے تفصیلن پوری جڑے کاغذات کی تفصیل دسی ہے اور خاص کر کے جو جو قیمتی غلطی یہ کہی ہے کیونکہ یہ قیمتی غلطی ہے عوام مست ہے واہ عوام جڑی اس چیز نہ ہلے سمجھ نہیں رہی تھی مارے تھرو انہوں نے یہ پیغام نہ تھوڑی پہنچایا تو عوام ہی اس پر عمل کرے گا اور انشاءاللہ ان والا وقت میں عوام کے جڑا मसायल हैं आवाम की है। जड़ी परेशानी है उन्होंने कई हद तक जी है वह राहत मिल सकेगी तो आज का खसूसी प्रोग्राम खसूसी गुफ्तगुवा मेरे नाल बस इतना ही इन शाला फिर कोई इस तरीका का नवा मसायल जरा आवाम ना आगाही हासिल कराने फिर आम लेगा थारी खिदमत में पेश होव तब तक अपना मेज़बान मोहम्मद अमीन ने दो इजाज़त अल्लाह हाफि